ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਦਹਿਸ਼ਤ ਲਗਾਤਾਰ ਵੱਧ ਰਹੀ ਹੈ। ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ 'ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਨਵਾਂ ਮਾਮਲਾ ਗੁਰਦਾਸਪੁਰ ਤੋਂ ਵੀ ਸਾਹਮਣੇ ਆ ਗਿਆ ਹੈ, ਜਿੱਥੇ 60 ਸਾਲਾ ਵਿਅਕਤੀ ਕੋਰੋਨਾ ਦੀ ਲਪੇਟ 'ਚ ਆਇਆ ਹੈ। ਇਸ ਦੀ ਪੁਸ਼ਟੀ ਗੁਰਦਾਸਪੁਰ ਦੇ ਸਿਵਲ ਸਰਜਨ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਕਰ ਦਿੱਤੀ ਗਈ ਹੈ। ਇਹ ਵਿਅਕਤੀ ਗੁਰਦਾਸਪੁਰ ਦੇ ਪਿੰਡ ਭੈਣੀ ਪਾਸਵਾਲ ਦਾ ਰਹਿਣ ਵਾਲਾ ਹੈ। ਖਬਰ ਮਿਲੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਜਲੰਧਰ ਦੇ ਕਿਸੇ ਕਰੋਨਾ ਪੋਜ਼ੀਟਿਵ ਪੇਸ਼ੈਂਟ ਦਾ ਜਿਹੜਾ ਕੰਟੈਕਟ ਸੀਗਾ ਉਹ ਪੋਜ਼ੀਟਿਵ ਆਇਆ। 60 ਸਾਲ ਦੀ ਉਮਰ ਹੈ ਉਹਨਾਂ ਦੀ ਅਤੇ ਭੈਣੀ ਪਾਸਵਾਲ ਪਿੰਡ ਤੋਂ ਹੈਗੇ ਆ। ਅਤੇ ਅਸੀਂ ਉੱਥੇ ਜਿਹੜੀ ਜੋ ਸਟੈਂਡਰਡ ਪ੍ਰੋਟੋਕੋਲ ਹੈ ਉਸ ਏਰੀਏ ਨੂੰ ਕਾਡਨ ਆਫ ਕਰਕੇ ਸਕਰੀਨਿੰਗ ਸ਼ੁਰੂ ਕਰ ਰਹੇ ਹਾਂ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ ਅਤੇ ਹੋਰ ਜ਼ਿਆਦਾ ਕੇਸ ਨਹੀਂ ਆਏ ਕੋਈ, ਪਰ ਫਿਰ ਵੀ ਟੈਸਟ ਕਰਨੇ ਬਹੁਤ ਜ਼ਰੂਰੀ ਨੇ। ਅਤੇ ਇਹ ਪੇਸ਼ੈਂਟ ਸਾਡੇ ਕੋਲ ਕੱਲ੍ਹ ਆਏ ਸੀਗੇ, ਇਹਨਾਂ ਨੂੰ ਕੋਈ ਸਿਮਟਮ ਸੀਗੇ ਅਤੇ ਉਹਨਾਂ ਦੀ ਟੈਸਟ ਰਿਪੋਰਟ ਹੁਣ ਥੋੜ੍ਹੀ ਦੇਰ ਪਹਿਲਾਂ ਆਈ ਹੈ ਅਤੇ ਅਸੀਂ ਜੋ ਉਹਦਾ ਪ੍ਰੋਟੋਕੋਲ ਬਣਦਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਰ ਕਿੱਥੇ ਭੇਜਿਆ ਜਾਊਗਾ ਦੁਬਾਰਾ ਇਸ ਤਰ੍ਹਾਂ? ਨਹੀਂ, ਸੈਂਪਲ ਤਾਂ ਉਹਨਾਂ ਦਾ ਜਿਹੜਾ ਪੋਜ਼ੀਟਿਵ ਆ ਚੁੱਕਿਆ ਹੁਣ ਤਾਂ ਸਾਰੇ ਪਿੰਡ ਨੂੰ ਦੇਖ ਕੇ ਜਿਹੜੇ ਹੋਰ ਬੰਦੇ ਸਕਰੀਨਿੰਗ ਕਰਕੇ ਉਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਉੱਥੇ ਜਿਹੜਾ ਕੋਈ ਹੋਰ ਬੰਦੇ ਨੂੰ ਬਿਮਾਰੀ ਨਾ ਅੱਗੇ ਲੱਗੀ ਹੋਵੇ ਅਤੇ ਇਹਨੂੰ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫਿਲਹਾਲ ਤਾਂ ਇੱਥੇ ਆਪਣੇ ਗੁਰਦਾਸਪੁਰ ਹੀ ਹੈ, ਪਰ ਉਸ ਤੋਂ ਬਾਅਦ ਉਹਦੀ ਕੰਡੀਸ਼ਨ ਪਰ ਡਿਪੈਂਡ ਕਰਦਾ, ਜਿਵੇਂ ਡਾਕਟਰ ਡਿਸਾਈਡ ਕਰਨਗੇ ਜੇ ਲੋੜ ਪਈ ਤਾਂ ਅੰਮ੍ਰਿਤਸਰ ਸ਼ਿਫਟ ਕਰਾਂਗੇ। ਅਜੇ ਫਿਲਹਾਲ ਉੱਥੇ ਗੁਰਦਾਸਪੁਰ ਹਾਂ। ਪਹਿਲਾਂ ਕੇਸ ਇਹੀ ਅਪੀਲ ਹੈ ਕਿ ਜੀ ਆਪਾਂ ਸਾਰੇ ਜਣੇ ਧਿਆਨ ਦੇਈਏ, ਪਹਿਲਾਂ ਬਚੇ ਹੋਏ ਸੀਗੇ ਪਰੰਤੂ ਇਹ ਅਨਫੋਰਚੁਨੇਟ ਹੈ, ਬੜੀ ਮਾੜੀ ਗੱਲ ਹੋਈ ਹੈ ਕਿ ਇੱਕ ਪੇਸ਼ੈਂਟ ਪੋਜ਼ੀਟਿਵ ਆ ਗਏ ਨੇ ਅਤੇ ਅਸੀਂ ਇਹਨਾਂ ਦੇ ਵੀ ਇਲਾਜ ਦਾ ਪੂਰਾ ਧਿਆਨ ਰੱਖਾਂਗੇ। ਪਰ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ, ਜ਼ਿਲ੍ਹਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਹੁਣ ਤਾਂ ਜ਼ਿਆਦਾ ਲੋੜ ਪੈ ਗਈ ਹੈ ਕਿਉਂਕਿ ਇਹਨਾਂ ਦੇ ਕੰਟੈਕਟ 'ਚ ਅੱਗੇ ਬੰਦੇ ਆਏ, ਕੁਛ ਅੱਗੇ ਬੰਦਾ ਹੋਵੇ ਅਤੇ ਬਹੁਤ ਜ਼ਿਆਦਾ ਧਿਆਨ ਰੱਖਣਾ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।